और इस गलते है ना बहुत अच्छा तारा सं अभी बारो कनेडा ते आए हैं इधर रात हो के हाई मुड़ के जाने हैं ठीक है जी वह जेड़ा एलिगेशन हाई कोर्ट ने लाया हाँ जी ते उधे बारे थोड़ा की कहना है अभी तो ये इधर कहने पे उन्हें वो खोलना चाहिए जाए हाँ जी हाँ जेड़े जेड़े बॉल दिया बे कदरी होगी अगला बड़े डाले लगाओगे ठीक नहीं सामने थे पुत्ता मांग पाल दे यार ठीक नहीं नहीं देखो पुत्तां को पाल दे भी कुछ बोलता आ रहा थे एलिगेशन भी लाग दे अपन नशे दिन दे आज जहाँ उन्हें ओ चेक करनी हो हाँ जी हाँ इन्हें ओ चेक करों बिल्कुल साढ़े 26 साल हो गए मिला हम देनु सानू बड़ी दुखाली गल आ वैसी सारे साढ़े एन आर आई भाई आ सारे कनेडा तो इंग्लैंड तो आके बैठे आ हफ्ता हो गया भी इस चंता नू लैके भी एक जकदम क्यों इदा किया भी पशु होर तो हुण किसे काम नहीं आउंदे सिर्फ यह एक भजाउण लई रखे आ इन्ना इन्हां नाल प्यार करदे आ भी जे कोई साढ़े है कोई बंदे बिच कुछ होंगे आंसर जेडे इन्हों नशा देंगे जो कुछ देंगे उन्होंने कमेटियां बनाई जान जेडे इन्हों चेक कर सकन के इन्हों बंद करना तो बहुत माड़ी गल है पंजाब दे बिच एक बड़ा शौक आ आम पिंड दे बिच यह बड़ी तब्दीली लिया रहे हैं खेडां दे बिच ते जे नशियां दा कोई रुझान है गौरमेंट दा अपना है भी तुसीं इहनूं बंद करो ते और तुसीं कमेटियां बनाओ इन्हां दे बिच जे कोई डॉक्टर भेजो इन्हां नूं चेक करो जिहड़ा बंदा इहदा गलत करदा उते लाओ एक्शन अज जिहड़ा तुसीं इत्थे काम कीता किन्ने बंदियां दे पिंडां दे ਇਹ ਬੰਦੇ 10-15 ਪਿੰਡਾਂ ਦੇ ਬੰਦੇ ਆ ਤੇ ਜਿਹੜੇ ਹਜੇ ਪਿੱਛੇ ਆ ਵੀ ਰਹੇ ਆ ਤੇ ਅਸੀਂ ਤਾਂ ਇਸ ਗੱਲ ਤੇ ਬੜੇ ਪਰੇਸ਼ਾਨ ਆ ਸਾਡਾ ਸਾਰਾ ਸਮਾਨ ਬਣਿਆ ਆ ਮੋਟਰਸਾਈਕਲ ਅਸੀਂ ਲਏ ਆ ਜਿਹੜੇ ਖੇਡਾਂ ਦੇ ਵਿੱਚ ਦਿੰਦੇ ਆ ਅਸੀਂ ਤੇ ਤਰੀਕਾਂ ਲਾਨੀਆਂ ਸਾਡੀਆਂ ਪੱਕੀਆਂ ਤਰੀਕਾਂ 26 ਸਾਲ ਹੋ ਗਏ ਸਾਨੂੰ ਇਹ ਮਤਲਬ ਮੇਲਾ ਕਰਾਉਂਦਿਆਂ ਨੂੰ ਇੱਕ ਬੰਦਾ ਬਾਹਰੋਂ ਆਉਂਦੇ ਜੀ ਇੱਕ ਜਿਹੜਾ ਸਾਡੇ ਚਾਰ ਬੰਦੇ ਹਰ ਸਾਲ ਹਰ ਸਾਲ ਆ ਕੇ ਇੱਥੇ ਖੇਡ ਦੇਖਦੇ ਖੇਡ ਕਰਾਉਂਦੇ ਆ ਪੈਸੇ ਬਾਹਰੋਂ ਲਿਆਉਂਦੇ ਆ ਤੇ ਹਾਂਜੀ ਪਰਿਵਾਰਾਂ ਦੀ ਕੀ ਫਤਿਹ ਜਿਹੜਾ ਪੰਜਾਬ ਦੇ ਵਿੱਚ ਬੈਲਾਂ ਦਾ ਸ਼ੌਕ ਪੀੜ੍ਹੀ ਦਰ ਪੀੜ੍ਹੀ ਇਹ ਤੁਰਿਆ ਆਉਂਦਾ ਇਹਨੂੰ ਜੋ ਗੌਰਮੈਂਟ ਦੇ ਕਈ ਗਲਤ ਬੰਦਿਆਂ ਅਨਸਰਾਂ ਨੇ ਇਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ 26 ਪਿਛਲੇ ਸਾਲਾਂ ਤੋਂ ਮੈਂ ਅਤੇ ਮੇਰਾ ਭਰਾ ਚਰਨਜੀਤ ਸਿੰਘ ਮੇਰੇ ਬਜ਼ੁਰਗ ਕੈਨੇਡਾ ਦੇ ਪੱਕਾ ਵੀਜ਼ਾ ਕੈਂਸਲ ਕਰਾਉਣ ਵਾਲਾ ਇੱਕੋ ਇੱਕ ਇਹ ਬੰਦਾ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ 60 ਸਾਲ ਬੋਲ ਭਜਾਏ ਆ ਇਹਨਾਂ ਦੇ ਨਾਲ ਇਹ ਤਾਰਾ ਸਿੰਘ ਖੇੜ ਛੁਰਵਾਲ ਵਾਲੇ ਇੰਨੀ ਸਾਹਨੇਵਾਲ ਦਾ ਮੇਲਾ 88 ਸਨ 99 ਸਨ ਦੇ ਵਿੱਚ ਲਗਾਤਾਰ ਜਿੱਤੇ ਸਾਡੇ ਇਸ ਜਗਤਪੁਰ ਦੇ ਮੇਲੇ ਨੂੰ ਵੀ ਇਹਨਾਂ ਦੇ ਲਗਾਤਾਰ 3 ਸਾਲ ਹੱਕਦਿਆਂ ਤੇ ਜਿੱਤੇ ਸਾਡੇ ਇਹ ਬੋਲ ਦੋ ਇਹਨਾਂ ਨੂੰ ਦੇਖਣ ਦੇ ਲਈ ਇੰਗਲੈਂਡ ਦੇ ਵਿੱਚੋਂ ਜਿਹੜਾ ਇੱਥੇ 5000 ਰੁਪਏ ਨੂੰ ਕਿਲੋ ਬਦਾਮ ਰੋਗਨ ਹੈ ਉਹ ਵੀ ਅਸੀਂ ਚਾਰਦੇ ਹਾਂ ਘੇ ਵੀ ਚਾਰਦੇ ਹਾਂ ਸਪੈਸ਼ਲੀ ਸ਼ੌਕ ਤੋਂ ਆਪਣਾ ਕੰਮ ਛੱਡ ਕੇ ਇੰਗਲੈਂਡ ਦੇ ਵਿੱਚੋਂ ਮੈਂ 26ਵੇਂ ਸਾਲ ਦੇ ਵਿੱਚ ਆਉਂਦਾ ਗੌਰਮੈਂਟ ਨੇ ਜਿਹੜਾ ਐਕਸ਼ਨ ਲਿਆ ਇਹ ਗਲਤ ਲੋਕਾਂ ਦੇ ਕਹੇ ਤੇ ਐਕਸ਼ਨ ਲਿਆ ਜੇ ਕੋਈ ਬੋਲਦਾ ਨਸ਼ਾ ਦਿੰਦਾ ਤਾਂ ਉਹਨਾਂ ਦੀ ਆਪਣੀ ਇਹ ਗਲਤੀ ਹੈ ਜੇ ਕਿਸੇ ਦੀ ਕੋਈ ਕਿਸੇ ਨੇ ਗਲਤ ਆਂਸਰ ਨੇ ਵੀਡੀਓ ਫਿਲਮ ਬਣਾਈ ਮੈਂ ਇੱਕ ਦਿਨ ਇੱਕ ਫੰਕਸ਼ਨ ਤੇ ਗਿਆ ਉੱਥੇ ਵੀ ਬੰਦਿਆਂ ਨੇ ਗੱਲ ਕੀਤੀ ਕਹਿੰਦੇ ਜੀ ਇਹ ਕ੍ਰਾਈਮ ਆ ਅਸੀਂ ਕਿਹਾ ਕ੍ਰਾਈਮ ਆ ਕੇ ਸਾਡੇ ਦੇਖੋ ਖੂਹ ਦੇ ਉੱਤੇ ਬਲਦਾਂ ਨੂੰ ਗਰਮੀਆਂ ਨੂੰ ਪਿੱਛੇ ਫਰਾਟੇ ਚੱਲਦੇ ਆ ਸਿਆਲ ਨੂੰ ਵੀ ਅੰਦਰ ਸੁਕਾਉਣ ਦੇ ਲਈ ਪੱਖੇ ਲੱਗੇ ਹੋਏ ਆ ਮੈਂ ਆਪਣੇ ਆਪ ਤੇ ਆਪਣੇ ਬਜ਼ੁਰਗ ਤੇ ਭਰਾਵਾਂ ਦੇ ਕਰਕੇ ਇਹ ਗੱਲ ਸਾਰੀ ਸਾਬਤ ਕਰਕੇ ਕਹਿਣੀ ਚਾਹੁੰਦਾ ਗੌਰਮੈਂਟ ਦਾ ਕੋਈ ਵੀ ਆਂਸਰ ਹੈ ਪਿੰਡਾਂ ਦੇ ਵਿੱਚ ਹੋਰ ਅਵਾਰਾ ਜਾਨਵਰ ਕੁੱਤੇ ਇੰਨੇ 500-600 ਹਰੇਕ ਪਿੰਡ 'ਚ ਫਿਰਦੇ ਆ ਗਾਈਆਂ ਜਿਹੜੀਆਂ ਉਹਨਾਂ ਨੂੰ ਥੈਂ ਥੈਂ ਦੇ ਗੜਾਸੇ ਮਾਰਦੇ ਆ ਛੋਟੇ ਬੱਚਿਆਂ ਨੂੰ ਕੋਈ ਛੱਡਦਾ ਉਹਨਾਂ ਦੇ ਉੱਤੇ ਗੌਰਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜਾ 1964 ਮਹਾਰਾਜਾ ਪਟਿਆਲਾ ਨੇ ਇਹ ਸ਼ੌਕ ਜਿਹੜਾ ਇਹਨੂੰ ਮਾਨਤਾ ਦਿੱਤੀ ਹੋਈ ਹੈ
ਵੀ ਆਪਣਾ ਇਹ ਜੱਟ ਬੰਦੇ ਆਪਣਾ ਸ਼ੌਕ ਪੂਰਾ ਕਰ ਸਕਦੇ ਆ। ਇਹਨੂੰ ਜਿੰਨਾ ਹੁਣ ਤਾਂ ਦੇ ਉੱਤੇ ਚਲੇ ਗਿਆ ਇਹਨੂੰ ਇੱਕਦਮ ਸਟਾਪ ਕਰਨਾ ਬਹੁਤ ਵੱਡੀ ਗਲਤੀ ਹੈ। ਗੌਰਮੈਂਟ ਨੂੰ ਇਹ ਚਾਹੀਦਾ, ਇਹ ਖੋਲਣਾ ਚਾਹੀਦਾ, ਜਿਹੜੇ ਗਲਤ ਜੇ ਕੋਈ ਟੀਕੇ ਲਾਉਂਦਾ ਜਾਂ ਨਸ਼ੇ ਦਿੰਦਾ ਉਹਤੇ ਐਕਸ਼ਨ ਲੈਣ, ਉਹਨਾਂ ਦੇ ਉੱਤੇ ਜੇ ਸਾਡੇ ਬੋਲਦਾਂ ਦੇ ਉੱਤੇ ਜਾਂ ਹੋਰ ਕਿਸੇ ਤੱਕ ਕੋਈ ਐਸੀ ਮਾੜੀ ਗੱਲ ਹੋਈ ਹੋਵੇ ਉਹਦਾ ਸਜ਼ਾ ਦਾ ਹੱਕਦਾਰ ਮੈਂ ਹੋਊਂਗਾ। ਵੈਸੇ ਜਿੱਦਾਂ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਜਿਹੜਾ ਨਹੀਂ ਗਲਤ ਕੰਮ ਹੈ ਜੇ ਕੋਈ ਕਰਦਾ ਉਹ ਤੇ ਐਕਸ਼ਨ ਲੈਣਾ ਚਾਹੀਦਾ, ਵੀ ਸਾਰਿਆਂ ਨੂੰ ਤਾਂ ਨਹੀਂ ਉਸ ਰੱਸੇ ਦੇ ਵਿੱਚ ਲਪੇਟਣਾ ਚਾਹੀਦਾ। ਸੋ ਇਹ ਗੱਲਾਂ ਆ। ਦੋ ਸਪੈਸ਼ਲੀ ਗਾਈਆਂ ਮੈਂ ਇਹਨਾਂ ਦੇ ਬਲਦਾਂ ਦੇ ਕਰਕੇ ਦੁੱਧ ਪਿਲਾਉਣ ਲਈ ਲਈਆਂ। ਸਾਡੇ ਇਸ ਫਾਰਮ ਦੇ ਵਿੱਚ ਆ ਕੇ ਕੋਈ ਦੇਖੇ ਆਪਣੇ ਪਰੀਆਂ ਨਾਲੋਂ ਵੱਧ ਵੀ ਇਹਨਾਂ ਦਾ ਅਸੀਂ ਖਿਆਲ ਰੱਖੀਦਾ। ਮੈਂ ਇੰਗਲੈਂਡ ਤੋਂ ਆਇਆ 26 ਸਾਲ ਦਾ, ਆਪਣੇ ਸਾਰਾ ਕਾਰੋਬਾਰ ਛੱਡ ਕੇ ਸਪੈਸ਼ਲੀ ਮੇਲੇ ਤੇ ਵੱਧ ਚੜ੍ਹ ਕੇ ਇਲਾਕੇ ਦੇ ਵਿੱਚੋਂ ਇਨਾਮ, ਅਸੀਂ 1 ਸਾਲ ਵੀ ਮੇਲਾ ਮਿਸ ਨਹੀਂ ਹੋਇਆ। ਇਹ ਗਲਤ ਅੰਸਰਾਂ ਕਰਕੇ ਅੱਜ 26ਵਾਂ ਸਾਡਾ ਟੂਰਨਾਮੈਂਟ ਇਹ ਖਰਾਬ ਹੋ ਰਿਹਾ। ਕੁਛ ਬੰਦੇ ਟੀਕੇ ਜਾਂ ਦੁੱਧਾ ਪਾੜਦੇ ਜਾਂ ਦੂਸਰਾ ਕਰਦੇ ਆ, ਹਾਂਜੀ, ਉਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਜਿਹੜੇ ਇਹ ਕੰਮ ਨਹੀਂ ਕੋਈ ਤਸ਼ੱਦਦ ਜੇ ਕਰਦੇ ਵੀ ਹੈ ਪਰ ਉਹ ਚਾਵਕਾਂ ਦੀ ਥੋੜੀ ਜਿਹੀ ਗਲਤੀ ਹੈ, ਪਰ ਇਹ ਨਹੀਂ ਕਰਨਾ ਨਹੀਂ ਚਾਹੀਦਾ। ਇਹਨਾਂ ਨੂੰ ਆਪਣੇ ਆਪ ਦੇ ਵਿੱਚ ਜੇ ਜਿੱਤਦੇ ਕਰਕੇ ਤਾਂ ਥੋੜਾ ਬਹੁਤਾ ਜ਼ਰੂਰ ਕਰਦੇ ਸੀ, ਪਰ ਅੱਧੇ ਮਿੰਟ ਦੇ ਵਿੱਚ ਕਿੰਨਾ ਕੁ ਤਸ਼ੱਦਦ ਹੋ ਸਕਦਾ? 25 ਸਕਿੰਟ ਜਾਂ 26 ਸਕਿੰਟ ਦੀ ਦੌੜ ਹੁੰਦੀ ਹੈ, ਬੈਲ ਗੱਡੀਆਂ ਦੀ ਦੌੜ ਜਾਂ ਅੱਧੇ ਮਿੰਟ ਦੀ ਦੌੜ ਹੁੰਦੀ ਹੈ। ਉਹਦੇ ਵਿੱਚ ਇੱਕ ਅੱਧੀ ਸੋਟੀ ਜੇ ਵੱਜ ਵੀ ਜਾਂਦੀ ਸੀ ਇਹਦੇ ਤੋਂ ਪ੍ਰੈਣ ਵੀ ਬੰਦ ਕਰ ਦੇਣ, ਜੇ ਕੋਈ ਗਲਤ ਟੀਕੇ ਲਾਉਂਦਾ ਉਹ ਵੀ ਸਾਰੇ ਉਹ ਤੇ ਐਕਸ਼ਨ ਲੈਣ। ਹੋਰ ਦੌੜਾਂ ਜਿਹੜੀਆਂ ਦੇ ਉੱਤੇ ਕੋਈ ਵੀ ਜਿੱਦਾਂ ਦਾ ਅਸੀਂ ਗੌਰਮੈਂਟ ਦੀ ਹਰੇਕ ਗੱਲ ਦੇ ਉੱਤੇ ਪੂਰਤੀ ਦੇ ਫੁੱਲ ਚੜਾਵਾਂਗੇ। ਹਰਿਆਣਾ ਹਾਈ ਕੋਰਟ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਹ ਸਾਰੇ ਸੁਝਾਅ ਨੂੰ ਠੀਕ ਤਰੀਕੇ ਨਾਲ ਸੁਲਝਾਉਣ, ਕਿਉਂਕਿ ਇਹ ਸ਼ੌਕ ਨੂੰ ਬੰਦ ਨਾ ਕਰਨ। ਤੇ ਹੋਰ ਜੇ ਕਿਸੇ ਗੱਲ ਦਾ ਕੋਈ ਵੀ ਇਤਰਾਜ਼ ਯੋਗ ਹੈ ਉਹਨਾਂ ਕਮੇਟੀਆਂ ਦੇ ਉੱਤੇ ਐਕਸ਼ਨ ਆਪਣੇ ਸਾਰੇ ਸੁਝਾਅ ਦੇਣ, ਉਹਨਾਂ ਦੇ ਉੱਤੇ ਸਾਰੀਆਂ ਇਹ ਕਮੇਟੀਆਂ ਵੱਧ ਚੜ੍ਹ ਕੇ ਗੌਰਮੈਂਟ ਨੂੰ ਪੂਰਤੀ ਦੇਣ। ਦੇ ਵਿੱਚ ਇਹ ਤਸ਼ੱਦਦ ਹੋਵੇਗਾ ਕਿ ਜਿਹੜੇ ਪੁੱਤਾਂ ਵਾਂਗੂ ਜੱਟਾਂ ਨੇ ਬਾਲ ਦੇ ਪਾਲੇ ਆ, ਜੇ ਦੌੜਾਂ ਬੰਦ ਹੋ ਗਈਆਂ ਇਹ ਗਲਤ ਰਸਤੇ ਵਿੱਚ ਬੁੱਚੜਾਂ ਕੋਲ ਜਾਂ ਹੋਰ ਪਾਸੇ ਜਾਣਗੇ, ਇਹਨਾਂ ਦੀ ਉਹਦੇ ਨਾਲੋਂ ਵੀ ਜ਼ਿਆਦਾ ਦੁਰਦਸ਼ਾ ਹੋਵੇਗੀ। ਅਸੀਂ ਪਰ ਇਹ ਸ਼ਬਦ ਕਹਿਣੇ ਨਹੀਂ ਸੀ ਚਾਹੁੰਦੇ, ਪਰ ਇਹ ਮੁੱਖ ਤੌਰ ਤੇ ਕਹਿਣੇ ਪਏ ਆ। ਤੁਸੀਂ ਆਪਣੇ ਕੋਈ ਵੀ ਗੱਲ ਹੈ, ਮੈਂ ਏਡਾ ਬੁਲਾਰਾ ਤਾਂ ਕੋਈ ਹੈ ਨਹੀਂ ਵੀ ਸਟੇਜ ਦੇ ਉੱਤੇ ਕੋਈ ਜਾਂ ਹੋਰ ਕਿਤੇ ਫੰਕਸ਼ਨ ਦੇ ਉੱਤੇ ਇੰਨਾ ਬੋਲਦਾ ਹੋਵਾਂ, ਕਿਉਂਕਿ ਗੌਰਮੈਂਟ ਨੂੰ ਚਾਹੀਦਾ ਹੈ ਇਹ ਜਿਹੜਾ ਐਲੀਗੇਸ਼ਨ ਲਾਇਆ ਇਹਨੂੰ ਬੰਦ ਕੀ ਇੰਨਾ ਤੂੰ ਦੌੜਦਾ ਸੀ ਮਾਮਾ ਜੀ ਤਾਂ ਹੁਣ ਦੌੜੇ ਹੀ ਨਹੀਂ ਹੈ ਹੁੰਦਾ ਕੀ ਕਰ ਬਸ ਹੋ ਗਈ ਐ ਬਸ ਹੋ ਗਈ ਬੜਾ ਹੋ ਗਿਆ ਹੁਣ ਮੇਰੇ ਘਰ ਚੱਲ ਗਿਆ ਕਰਕੇ ਇਹ ਤਾਂ ਨਹੀਂ ਗਿਆ ਇਹ ਇੱਥੇ ਹੀ ਆ ਪਹਿਲਾਂ ਹੀ ਬਸ ਹੋ ਗਏ ਉਹਦਾ ਰੋਜ਼ ਹੈ ਨਾ 4 ਮੀਲ ਦੌੜਨਾ ਹੀ ਦੌੜਨਾ ਤੁਸੀਂ ਕੀ ਕਰ ਰਹੇ ਹੋ ਉਧਰ ਦੇਖ ਤੂੰ ਭੇਜਣਾ ਹੁਣੇ ਭੇਜਣਾ ਜਗ ਦੋ ਦਿੰਦੀ।